सियासत व्यापार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश दी नंबर वन न्यूज ऐप दैनिक सवेरा टाइम्स। आए दिनी जेल विभाग किसी ना किसी वजह तो विवादां च रहिंदा है। अजिहा ही मामला सामने आया हुशियारपुर तो, जिथे की हुशियारपुर सेंट्रल जेल दे कैदियां वल्लों एक वीडियो वायरल कीती जा रही है, जिस च उन्हां वल्लों हुशियारपुर जेल दे डिप्टी सुपरिंटेंडेंट हरभजन सिंह ते मोबाइल सेल अते नशा विकवाउण दे गंभीर आरोप लगाए जा रहे ने। देख लो आपां हैगे आ हुशियारपुर जेल दे विच, मेरा भरा आपां तीन चार जणे हैगे हुशियारपुर जेल दे विच, इत्थे जेल दे हाल देख लो मेरा वीर, इत्थे देसा डिप्टी डिप्टी हरभजन सिंह ਇਹ ਮਹਾਰਾਜ ਹਰ ਇੱਕ ਨਾਲ ਧੱਕਾ ਕਰਦੇ ਆ, ਠੀਕ ਆ ਜੀ। ਇਹ ਕਹਿੰਦੇ ਆ ਸਾਡੇ ਕੋਲ ਫੋਨ ਲੈ ਕੇ ਵੇਚੋ, ਇਹ ਸਾਡੇ ਕੋਲ ਫੋਨ ਸਾਨੂੰ ਇਹ ਦਿੰਦੇ ਆ, ਘੱਟੋ ਘੱਟ ਸਾਨੂੰ 20,000 ਦਾ ਫੋਨ ਦਿੰਦੇ, ਅੱਗੇ ਕਹਿੰਦੇ 40 ਦਾ ਵੇਚੋ, ਅਸੀਂ ਵੇਚ ਦੇਣੀ ਉਹ ਸਾਨੂੰ ਤਾਂ ਕਰਕੇ ਕਹਿੰਦੇ ਆ ਤੁਹਾਡੇ ਚਲਾਣ ਪਾਵਾਂਗੇ, ਜਾਂ ਤੁਹਾਡੇ ਚਲਾਣ ਪਾਵਾਂਗੇ, ਜਾਂ ਫਿਰ ਤੁਹਾਡੇ ਕਹਿੰਦੇ ਉਹ ਕਰਾਂਗੇ ਕੀ, ਉਹਨੂੰ ਕਹਿੰਦੇ ਤੰਗ ਕਰਦੇ ਆ ਸਾਨੂੰ, ਤੰਗ ਕਰਦੇ ਬਹੁਤ ਜ਼ਿਆਦਾ, ਸਾਡੇ ਕੋਲ ਪੈਸੇ ਮੰਗਦੇ ਆ ਜੀ। ਅਸੀਂ ਹੁਣ ਦੱਸੋ ਕੀ ਕਰੀਏ ਮੇਰਾ ਭਰਾ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ। ਆਹ ਦੇਖ ਲਓ ਫੋਨ ਸਾਰੇ ਕਿੰਨੇ ਫੋਨ ਹਰੇ ਆਪਣੇ ਕੋਲ, ਲੋਕਾਂ ਕੋਲ ਪਤਾ ਨੀ ਕਿੰਨੇ ਕਿੰਨੇ ਫੋਨ ਹੈ, ਇਹੀ ਲਿਆ ਕੇ ਦਿੰਦੇ। ਇੱਕ ਫੋਨ ਦਾ 25,000 ਰੁਪਇਆ ਰੱਖਿਆ ਵਾ, ਛੋਟੇ ਫੋਨ ਦਾ 10,000 ਰੁਪਇਆ, ਜੇ ਨਾ ਦਈਏ ਤਾਂ ਸਾਲੇ ਜਲਾਣ ਪਾਣੀਆਂ ਧਮਕੀਆਂ। ਜੇਲ ਦੇ ਵਿੱਚ ਘੱਟੋ ਘੱਟ ਕੀ ਉਹਨੂੰ ਕਹਿੰਦੇ ਆਪਣੇ 600 ਕੈਦੀ ਹੈ ਨਾ, ਤੇ ਘੱਟੋ ਘੱਟ 500 ਫੋਨ ਹੋਣਾ ਟੱਚ ਫੋਨ, ਸਭ ਇਹੀ ਲਿਆ ਕੇ ਦਿੰਦੇ ਆ ਜੇਲ ਜੇਲ ਆ ਜਾਓ। ਚਲਾਣ ਦੇ ਪੈਸੇ ਮੰਗਦੇ, ਜੇ ਨਾ ਦਈਏ ਫਿਰ ਪੈਸੇ ਨਾ ਦਈਏ ਫਿਰ ਬੰਦਿਆਂ ਨਾਲ ਧੱਕਾ ਕਰਦੇ ਆ, ਇਹ ਸਾਡੇ ਨਾਲ ਬਹੁਤ ਧੱਕਾ ਕਰਦੇ ਆ। ਸਾਨੂੰ ਕਹਿੰਦੇ ਪੈਸੇ ਦਿਓ ਸਾਨੂੰ, ਘੱਟੋ ਘੱਟ 20,000 ਰੁਪਇਆ ਮਹੀਨਾ ਭਰੋ ਕਹਿੰਦੇ ਇੱਕ ਬੰਦਾ। ਹੁਣ ਆਪਾਂ ਮਹਾਰਾਜ ਆਪਾਂ ਵੀ ਆਪਾਂ ਕਿਹੜਾ ਬਹੁਤ ਅਮੀਰ ਆ ਘਰੋਂ, ਏਦਾਂ ਹੀ ਆ, ਲੈ ਲੋੜ ਵੀ ਨਹੀਂ ਹੈਗੇ ਘਰੋਂ, ਮਾਤਲ ਬੰਦੇ ਆ, ਇਹਨਾਂ ਨੂੰ ਕਿੱਥੋਂ ਦਈਏ ਅਸੀਂ ਇਹਨਾਂ ਨੂੰ, ਇਹਨੂੰ ਸਾਡੇ ਨਾਲ ਧੱਕਾ ਕਰਦੇ, ਸਾਡੇ ਨੇ ਪਰਚਾ ਪਾਉਣ ਨੂੰ ਫਿਰਦੇ ਆ ਤੇ ਸਾਡੇ ਚਲਾਣ ਪਾਉਣ ਨੂੰ ਫਿਰਦੇ ਆ। ਅਸੀਂ ਸਾਡੀ ਇਹੀ ਮੰਗ ਵਾ ਸਾਰਿਆਂ ਮੂਹਰੇ ਕਿ ਇਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ, ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਤੇ ਮੇਰਾ ਭਰਾ ਇਹਨਾਂ ਦੇ ਪਰਚਾ ਹੋਵੇ, ਇਹਨਾਂ ਦੇ ਮਾੜੀਆਂ ਪਤਾ ਰੱਖੇ, ਇਹ ਜੇਲ੍ਹ ਪਛਾਣ ਵਾਲੋਂ ਪੈਸੇ ਲੈ ਲਿਆ, ਸਾਰਾ ਕੁਝ ਕਰਦੇ ਆ, ਉਦਾਂ ਕੁੱਖ ਨਹੀਂ ਹੈਗੇ, ਜੇਲ੍ਹ ਦੇ ਵਿੱਚ ਨਸ਼ਾ ਇਹ ਲਿਆ ਕੇ ਦਿੰਦੇ, ਫੋਨ ਇਹ ਲਿਆ ਕੇ ਦਿੰਦੇ, ਸਭ ਕੁਛ ਨਹੀਂ ਲਿਆਂਦਾ ਵਾ, ਹੋਰ ਕਿੱਦਾਂ ਆ ਜਾਣਾ, ਸਾਰਾ ਕੁਛ ਇਹਨਾਂ ਦਾ ਲਿਆਂਦਾ ਆ, ਡਿਪਟੀ ਤੇ ਭਜਨ ਡਿਪਟੀ। ਇਸ ਬਾਰੇ ਜਦੋਂ ਮੀਡੀਆ ਨੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਸਾਰੇ ਆਰੋਪਾਂ ਨੂੰ ਝੂਠਾ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਵੀਡੀਓ 'ਚ ਜੋ ਵੀ ਆਰੋਪ ਲਗਾਏ ਗਏ ਨੇ ਉਸ 'ਤੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਏਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਨਮਸਕਾਰ ਜੀ, ਲਲਿਤ ਜੀ ਮੈਂ ਅੰਕੁਸ਼ ਗੋਇਲ ਗੱਲ ਕਰ ਰਿਹਾ ਹੁਸ਼ਿਆਰਪੁਰ ਤੋਂ ਦੈਨਿਕ ਸਵੇਰਾ ਤੋਂ। ਹਾਂਜੀ ਨਮਸਕਾਰ, ਕਿਆ ਹਾਲ ਹੈ ਜੀ? ਬਸ ਠੀਕ ਹੈ ਸਰ। ਇੱਕ ਜਾਣਕਾਰੀ ਲੈਣੀ ਸੀ ਸਰ ਜਨਾਬ ਤੋਂ ਫੋਨ ਤੇ। ਸਰ ਇੱਕ ਤੁਹਾਡੇ ਜੇਲ੍ਹ ਤੋਂ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕੈਦੀਆਂ ਨੇ ਸਾਫ਼ ਤੌਰ ਤੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਜੀ ਤੇ ਆਰੋਪ ਲਗਾਏ ਨੇ ਕਿ ਬਈ ਜਿਹੜੇ ਜੇਲ੍ਹ ਦੇ ਅੰਦਰ ਮੋਬਾਈਲ ਵੇਚਣ ਤੇ ਅਤੇ ਨਸ਼ਾ ਵੇਚਣ ਤੇ ਕਿ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਅਗਰ ਇਹ ਨਹੀਂ ਕੰਮ ਕਰਨਗੇ ਜਾਂ ਉਹਨਾਂ ਤੇ ਚਲਾਨ ਪਾ ਦਿੱਤਾ ਜਾਏਗਾ ਜਾਂ ਉਹਨਾਂ ਤੇ ਪਰਚਾ, ਇਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ? ਇਹਦੇ ਆਪਣਾ ਆਲਰੇਡੀ ਕੀ ਕਹਿਣਾ ਤੁਹਾਡਾ? ਹਾਂ ਇਹਦੇ ਵਿੱਚ ਇਹੀ ਹੈ ਕਿ ਆਪਣਾ ਇਹ ਸ਼ਰਾਰਤੀ ਅਨਸਰ ਨੇ ਆਪਣੇ ਡਿਪਾਰਟਮੈਂਟ ਨੂੰ ਜਾਂ ਸਾਡੇ ਆਪਣਾ ਪ੍ਰਬੰਧ ਨੂੰ ਡੀਮੋਰਲਾਈਜ਼ ਕਰਨ ਵਾਸਤੇ ਇੱਦਾਂ ਦੀਆਂ ਸ਼ਰਾਰਤੀ ਹਰਕਤਾਂ ਕਰਦੇ ਨੇ। ਕੋਈ ਐਸੀ ਗੱਲ ਨਹੀਂ ਹੈਗੀ ਕਿ ਆਪਣਾ ਕੋਈ ਵੀ ਸਾਡਾ ਕੋਈ ਆਫਿਸਰ ਆ ਜਾਂ ਕੋਈ ਸਾਡਾ ਆਪਣਾ ਕੋਈ ਡਿਪਟੀ ਸੁਪਰਡੈਂਟ ਆ ਉਹ ਆਪਣਾ ਇੱਦਾਂ ਦੇ ਕੰਮ ਕਰੂਗਾ ਕਿ ਅੰਦਰ ਇਹਨਾਂ ਨੂੰ ਨਸ਼ਾ ਦਊਗਾ ਮੋਬਾਈਲ ਦੇਗਾ, ਕਦੀ ਵੀ ਨਹੀਂ। ਸਾਡਾ ਆਪਣਾ ਜ਼ਮੀਰ ਆ ਬੰਦੇ ਦਾ ਕਿ ਆਪਾਂ ਇਸ ਮਹਿਕਮੇ ਤੋਂ ਆਪਣੇ ਇਸ ਡਿਪਾਰਟਮੈਂਟ ਤੋਂ ਸਾਨੂੰ ਰੋਜ਼ੀ ਰੋਟੀ ਮਿਲਦੀ ਹੈ ਕਿ ਆਪਾਂ ਇੱਦਾਂ ਥੋੜ੍ਹੀ ਕਰਾਂਗੇ। ਸਾਡਾ ਇਹ ਕਿ ਆਪਣੇ ਜ਼ਮੀਰ ਨੂੰ ਕੋਈ ਬੰਦੇ ਦਾ ਜ਼ਮੀਰ ਹੁੰਦਾ ਕਿ ਅਸੀਂ ਇੱਦਾਂ ਦੇ ਪੁੱਠੇ ਕੰਮ ਇੱਦਾਂ ਦੇ ਗਲਤ ਕੰਮ ਕਰਾਂਗੇ ਜੋ ਇਹ ਐਲੀਗੇਸ਼ਨ ਲਾਉਂਦੇ ਆ, ਇਹ ਫਾਲਸ ਔਰ ਫਾਲਸ ਐਲੀਗੇਸ਼ਨ ਲਾ ਰਹੇ ਆ, ਬੇਸਲੈਸ ਐਲੀਗੇਸ਼ਨ ਲਾ ਰਹੇ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਇਹ ਸ਼ਰਾਰਤੀ ਅਨਸਰ ਨੇ ਇਹ ਆਪਣਾ ਆਪਣੀ ਇਸ ਗੱਲ ਨੂੰ ਲੈ ਕੇ ਬਲੈਕਮੇਲ ਕਰਦੇ ਆ ਕਿ ਤਾਂ ਜੋ ਅਸੀਂ ਇਹਨਾਂ ਨੂੰ ਡਿਸਿਪਲਿਨ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਮਤਲਬ ਇਹ ਇਸ ਇੱਕ ਹਿਸਾਬ ਦਾ ਮਤਲਬ ਡੀਮੋਰਲਾਈਜ਼ ਕਰਕੇ ਆਪਣੇ ਪ੍ਰਬੰਧ ਨੂੰ ਥੋੜ੍ਹਾ ਜਿਹਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ ਸਰ, ਇਹਦੇ ਉੱਪਰ ਕੋਈ ਤੁਸੀਂ ਇਨਕੁਆਇਰੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਕੀਤੀ ਹੈ ਕਿ ਡੀਆਈਜੀ ਸਾਹਿਬ ਵੱਲੋਂ ਇਨਕੁਆਇਰੀ ਹੋਲਡ ਕੀਤੀ ਗਈ ਆ? ਡੀਆਈਜੀ ਸਾਹਿਬ ਕੌਣ ਨੇ ਜੀ ਜਿਨ੍ਹਾਂ ਦਾ ਜੇਲ੍ਹ? ਹਾਂ ਸਰਦਾਰ ਤੇਜਿੰਦਰ ਸਿੰਘ ਮੌੜ।
ਠੀਕ ਹੈ ਜੀ, ਉਹਨਾਂ ਵੱਲੋਂ ਕੀ ਕੀਤਾ ਗਿਆ? ਨਹੀਂ ਉਹਨਾਂ ਵਜੇ ਉਹਨਾਂ ਵੱਲੋਂ ਇਨਕੁਆਇਰੀ ਕਰ ਲਈ ਗਈ ਹੈ, ਬਾਕੀ ਹਜੇ ਉਹਦੀ ਰਿਪੋਰਟ ਅਵੇਟਡ ਹੈ। ਠੀਕ ਹੈ ਜੀ, ਅਗਰ ਉਹਨਾਂ ਵੱਲੋਂ ਕੋਈ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਅਗਰ ਕੋਈ ਵੀ ਪਾਇਆ ਜਾਂਦਾ ਹੈ ਕਿ ਬਈ ਕੋਈ ਵੀ ਇਹਦੇ ਵਿੱਚ ਅੰਤਰ ਨਹੀਂ ਨਿਕਲਦਾ, ਤੇ ਉਹਦੇ ਤੇ ਸਰ ਕੀ ਕਾਰਵਾਈ ਕਰੂਗਾ? ਉਹ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਸਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ, ਅਕਸਰ ਮੋਬਾਈਲ ਅੰਦਰ ਗਿਆ ਤੇ ਵੀਡੀਓ ਵਾਇਰਲ ਵਿੱਚ, ਇਹ ਤਾਂ ਤੁਸੀਂ ਮੰਨਦੇ ਹੋ ਕਿ ਮੋਬਾਈਲ ਅੰਦਰ ਗਿਆ ਵੀਡੀਓ ਵਾਇਰਲ ਹੋਈ ਹੈ? ਨੈਚੁਰਲੀ ਨੈਚੁਰਲੀ। ਤੇ ਸਰ ਉਸ ਬੰਦੇ ਤੇ ਵੀ ਕਾਰਵਾਈ ਹੋਏਗੀ ਕਿ ਬਈ ਜਿਹੜਾ ਮੋਬਾਈਲ ਅੰਦਰ ਪਹੁੰਚਾਇਆ ਗਿਆ ਉਹਨਾਂ ਦੇ ਅੰਦਰ, ਉਹਨਾਂ ਦੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਉਹਨਾਂ ਦੇ ਹੱਥ 'ਚ ਦੋ ਦੋ ਤਿੰਨ ਤਿੰਨ ਮੋਬਾਈਲ? ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਜਿਹਨਾਂ ਨੇ ਇਹ ਕੰਮ ਕੀਤਾ ਨਾ, ਉਹਨਾਂ ਨੂੰ ਕੋਈ ਹਾਰ ਥੋੜੀ ਪਾਉਣਾ, ਉਹਨਾਂ ਨੇ ਗਲਤ ਕੰਮ ਕੀਤਾ, ਉਹਨਾਂ ਨੂੰ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਹੋਏਗਾ ਜ਼ਰੂਰ। ਠੀਕ ਹੈ ਸਰ। ਸਵੇਰਾ ਟਾਈਮਸ ਲਈ ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ ਦੀ ਰਿਪੋਰਟ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, sitta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed, mobile 84374 94647 84374 94648।